ਵਾਹਿਗੁਰੂ। ਵਾਹਿਗੁਰੂ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖ ਖਾਈ, ਮਾਇਆ ਮੋਹ ਪਰਮ ਪੈ ਭੁੱਲੇ, ਸੁਧ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਗੁਰ ਰਾਮਦਾਸ ਰਾਖੋ ਸਰਨਾਈ। ਭਗਤ ਸੂਰ ਮਾਤ ਦਾਨ ਕਰਨ ਵਾਲਾ, ਕੁੱਖੋਂ ਲਾਲ ਮਾਤਾ ਪੈਦਾ ਕਰੇ ਕੋਈ ਕੋਈ, ਹਰ ਕੋਈ ਆਪਣੇ ਪੰਡ ਉਠਾਉਂਦਾ ਏ, ਪੰਡ ਕਿਸੇ ਦੀ ਸੀਸ ਤੇ ਧਰੇ ਕੋਈ ਕੋਈ, ਮਿੱਠਾ ਬੋਲਣੇ ਤੇ ਜੱਗ ਖੁਸ਼ੀ ਰਹਿੰਦਾ, ਕਿਸੇ ਦਾ ਜਰੇ ਕੋਈ ਕੋਈ, ਮਰਦੀ ਆਪਣੇ ਆਪ ਲਈ ਕੁੱਲ ਦੁਨੀਆ, ਦੁਖੜੇ ਕੌਮ ਲਈ ਸੂਰਮਾਂ ਜਰੇ ਕੋਈ ਕੋਈ, ਦੁਖੜੇ ਕੌਮ ਲਈ ਸੂਰਮਾਂ ਜਰੇ ਕੋਈ ਕੋਈ। ਬਣੇ ਫਿਰ ਦਿਨ ਤੀਸ ਹਤੀਸ ਗੁਰੂ ਬਾਜਾ ਵਾਲੇ ਦੀ ਨਿਕਾਰ ਸਕਦੇ ਰੀਸ, ਗੁਰੂ ਬਾਜਾ ਵਾਲੇ ਦੀ ਨਿਕਾਰ ਸਕਦੇ ਮਿੱਟਾ ਬਾਰੇ ਤੇ ਨੀਲੇ ਦੇ ਸਵਾਰ ਪਾਤਸ਼ਾਹ ਰੀਸ, ਗੁਰੂ ਬਾਜਾ ਵਾਲੇ ਦੀ ਨਿਕਾਰ ਸਕਦੇ ਚਿੱਟਾ ਬਾਜੇ ਅਤੇ ਨੀਲੇ ਦੇ ਸਵਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਜਾਂਦੇ ਪਾਕਾਰ ਪਾਤਸ਼ਾਹ ਪੰਡਤਾਂ ਦੇ ਜੰਜੂ ਸਮਾ ਜੀ ਦਿੱਲੀ ਚਪਦਾ ਦਿੱਤਾ ਵਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਜਾਂਦੇ ਹੋ ਪਾਕਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਜਾਂਦੇ ਵਾਰ ਦੇ ਵਿੱਚੋਂ ਸੀਸਾ ਮੰਗ ਲੈ ਸੀ ਪੰਜ ਕਈ ਹਜ਼ਾਰ ਦੇ ਵਿੱਚੋਂ ਸੀਸਾ ਮੰਗ ਲੈ ਸੀ ਪੰਜ ਜਿੰਦੇ ਤਾਰ ਦਿੱਤੇ ਸੀਸ ਉਤਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਜਾਂਦੇ ਹੋ
ਬਾਦਸ਼ਾਹ ਤੇਰੇ ਗਿਣੇ ਨਹੀਂ ਉਹ ਜਾਂਦੇ ਸੈਦ ਖਾਣ ਜਾਏ ਠਹਿਗੇ ਚਰਨਾਂ ਤੇ ਆਣ ਕੇ ਕਹਿੰਦਾ ਰੱਖ ਲਵੋ ਗੁਰੂ ਜੀ ਗਰੀਬ ਜਾਣ ਕੇ ਕਹਿੰਦਾ ਰੱਖ ਲਵੋ ਗੁਰੂ ਜੀ ਜਿਹੜਾ ਚੜ ਕੇ ਹਰ ਪਾਤਸ਼ਾਹ ਤੇਰੇ ਗਿਣੇ ਨਹੀਂ ਹੋ ਜਾਂਦੇ ਤੇਰੇ ਗਿਣੇ ਨਹੀਂ ਹੋ ਜਾਂਦੇ ਕਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਹੋ ਜਾਂਦੇ ਜਦੋਂ ਕੀਲ ਕੇ ਲਿਆਂਦਾ ਹਾਥੀ ਬਾਈ ਤਾਰੀਆਂ ਤੇਰੇ ਯੋਧਿਆਂ ਨੇ ਤੇ ਗਾਵਾਈਆਂ ਸੀ ਕਰਾਰੀਆਂ ਤੇਰੇ ਯੋਧਿਆਂ ਨੇ ਤੇ ਗਾਂਗਾ ਨਾਗਣੀ ਲੰਘਾਤੀ ਮੱਥਾ ਪਾੜ ਪਾਤਸ਼ਾਹ ਤੇਰੇ ਗਿਣੇ ਨਹੀਂ ਹੋ ਜਾਂਦੇ ਕਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਹੋ ਜਾਂਦੇ ਜਦੋਂ 10 ਲੱਖ ਵਾਰੀ ਕਾਰ ਤੇ ਚੜੇ ਤੇਰੇ ਵੀਰ ਭਾਗੇ ਸਵਾ ਸਵਾ ਲੱਖ ਨਾ ਲੜੇ ਤੇਰੇ ਵੀਰ ਭਾਗੇ ਸਵਾ ਸਵਾ ਜਾਸਾ ਠੱਟ ਨਾਲੇ ਸਿਆਲਿਆ ਠਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਹੋ ਜਾਂਦੇ ਕਾਰ ਪਾਤਸ਼ਾਹ ਬਣਾ ਕੇ ਤੋਰਿਆ ਜਿੰਨੇ ਆਣ ਕੇ ਵਜੀਦੇ ਦਾਸੀ ਮੂੰਹ ਮੋੜਿਆ ਜਿੰਨੇ ਆਣ ਕੇ ਵਜੀਦੇ ਦਾਸੀ ਗਿਣੇ ਨਹੀਂ ਹੋ ਜਾਂਦੇ ਕਾਰ ਪਾਤਸ਼ਾਹ ਤੇਰੇ ਗਿਣੇ ਨਹੀਂ ਹੋ ਜਾਂਦੇ ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ 10 ਗੁਰੂ ਸਾਹਿਬਾਨ ਦੀ ਆਤਮਿਕ ਜੋਤ ਰਹਿਮਤਾਂ ਦੇ ਦਾਤੇ ਗੁਣੀ ਨਿਧਾਨ ਖਜ਼ਾਨੇ ਜਗਤ ਦੀ ਇਕਲੌਤੀ ਆਸ ਦੀਨ ਦੁਨੀ ਦੇ ਮਾਲਕ ਸਰਬ ਕਲਾ ਸਮਰੱਥ ਸ਼ਬਦ ਗੁਰੂ ਅਵਤਾਰ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਨ ਕਰਕੇ ਤਨ ਕਰਕੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਬਹੁਤ ਹੀ ਵਡਭਾਗੇ ਹਾਂ ਜੋ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅਗਾੜਾ ਪਛਾੜਾ ਸਾਹਿਬ ਵਿਖੇ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਇਸ ਵੇਲੇ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਸੋ ਆਓ ਗੁਰੂ ਸਵਾਰਿਓ, ਇਸ ਵੇਲੇ ਦੀ ਹਾਜ਼ਰੀ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਲਵਾਈਏ। ਪਿਆਰ ਸਾਹਿਤ ਫਤਿਹ ਦੀ ਸਾਂਝ ਪਾਓ, ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਪਹਿਲਾਂ ਕੌਮ ਦੀ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ, ਜੋ ਆਪ ਸੰਗਤਾਂ ਦੇ ਨਾਲ ਗੁਰ ਇਤਿਹਾਸ, ਗੁਰਬਾਣੀ ਅਤੇ ਹੋਰ ਪੰਥਕ ਕਈ ਨੁਕਤਿਆਂ ਦੇ ਉੱਤੇ ਤੁਹਾਡੇ ਨਾਲ ਸਾਂਝ ਪਾ ਕੇ ਗਏ ਨੇ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ ਆਓ, 40 ਮਿੰਟ ਵਾਸਤੇ ਸਾਡੇ ਜਥੇ ਨੂੰ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਸੇਵਾ ਕਰਨ ਦਾ ਹੁਕਮ ਹੋਇਆ ਹੈ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਇਹ ਸਮਾਂ ਅਸੀਂ ਚੋਜੀ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਜਿਤਨਾ ਕੁ ਅਸੀਂ ਇਸ ਸਮੇਂ ਦੇ ਵਿੱਚ ਵਿਚਾਰ ਸਕੀਏ ਉਹ ਵਿਚਾਰਦਿਆਂ ਹੋਇਆਂ ਇਹ ਸਮਾਂ ਬਤੀਤ ਕਰੀਏ। ਸੋ ਆਓ ਗੁਰੂ ਸਵਾਰਿਓ, ਸਮੂਹ ਸੰਗਤ ਹਾਜ਼ਰੀ ਲਵਾਓ, ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲ। ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਗੁਰਸਰ ਸਤਲਾਨੀ ਸਾਹਿਬ ਵਾਲੇ
ਉਹਨਾਂ ਵੱਲੋਂ ਇਸ ਵੇਲੇ ਆਪਣੇ ਬੱਚਿਆਂ ਦਾ ਬਹੁਤ ਮਾਣ ਕੀਤਾ ਗਿਆ ਹੈ। ਬਗੀਚਾ ਸਿੰਘ ਜੀ ਘਰੇਡੀ ਉਹਨਾਂ ਵੱਲੋਂ ਇਸ ਵੇਲੇ ਬਹੁਤ ਮਾਣ ਕੀਤਾ ਗਿਆ ਹੈ। ਸਾਡੇ ਸਤਿਕਾਰਯੋਗ ਵੀਰ ਗੁਰਮੀਤ ਪੰਜਾਬੀ ਕਲਾਕਾਰ ਉਹ ਆਪਣੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਦੇ ਨਾਮ ਤੋਂ ਬਹੁਤ ਸਾਰਾ ਮਾਣ ਭੇਜਦੇ ਨੇ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾ ਦਲ ਜੋ ਮਹਾਨ ਹਸਤੀ ਹੈ ਕੌਮ ਦੀ, ਜਥੇਦਾਰ ਸਾਹਿਬ ਵੱਲੋਂ ਬੇਨਤ ਇਸ ਵੇਲੇ ਮਾਣ ਭੇਜਿਆ ਗਿਆ ਹੈ। ਸੋ ਆਓ ਹੋਰ ਸੰਗਤਾਂ ਵੱਲੋਂ ਇਤਿਹਾਸ ਵਿੱਚ ਮਾਣ ਕੀਤਾ ਗਿਆ। ਸਮੁੱਚੀ ਅਰਦਾਸ ਕਰੀਏ ਇੱਕ ਵਾਰ ਫਿਰ, ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਾਬਾ ਗੁਰਪਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਸੇਵਾਵਾਂ ਉੱਦਾਂ ਵੀ ਆਪਾਂ ਜਾਣਦੇ ਹਾਂ ਕਿ ਚਾਰ ਸਵੇਰੇ ਚੱਲ ਰਹੀਆਂ ਨੇ। ਪਿਛਲੇ ਦਿਨੀਂ ਅਸੀਂ ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤ ਜਾਗਰਤੀ ਮਿਸ਼ਨ ਅਕੈਡਮੀ ਜਿਹਦੇ ਦਾਸ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਿਹਾ ਹੈ ਉਹਦੀ ਬਿਲਡਿੰਗ ਦੀ ਉਸਾਰੀ ਕਰਨ ਜਾ ਰਹੇ ਸੀ। ਅਸੀਂ ਬਾਬਾ ਜੀ ਦੇ ਕੋਲ ਆਏ ਕਿ ਅਸੀਂ ਕਿਹਾ ਕਿ ਕੁਝ ਕਿਰਪਾ ਕਰੋ ਯੋਗਦਾਨ ਪਾਓ। ਉਹਨਾਂ ਨੇ 100 ਬੋਰੀ ਜਿਹੜੀ ਸੀਮਿੰਟ ਦੀ ਅਕੈਡਮੀ ਦੇ ਲੈਂਟਰ ਦੇ ਵਿੱਚ ਇਮਾਰਤਾਂ ਦੇ ਵਿੱਚ ਭੇਜੀ ਹੈ। ਦਾਸ ਸੰਗਤ ਦੀ ਹਾਜ਼ਰੀ ਵਿੱਚ ਜਕਾਰੇ ਦੇ ਨਾਲ ਮਹਾਂਪੁਰਸ਼ਾਂ ਦਾ ਸਨਮਾਨ ਕਰਨਾ ਚਾਹੁੰਦਾ ਹੈ। ਸੰਗਤ ਨੂੰ ਬੇਨਤੀ ਹੈ ਕਿ ਸਾਰੀ ਸੰਗਤ ਸਾਥ ਦਿਓ, ਇੱਕ ਵਾਰ ਕਹਿਣ 'ਤੇ ਜਕਾਰੇ ਦੇ ਨਾਲ ਬੁਲੰਦ ਆਵਾਜ਼ ਦੇ ਵਿੱਚ ਹਾਜ਼ਰੀ ਲਵਾਓ ਜੀ। ਬੋਲੇ ਸੋਨਿਹਾਲ ਅਕਾਲ। ਸੋ ਹੋਰ ਵੀ ਅਨੇਕਾਂ ਸੇਵਾਵਾਂ ਮਹਾਂਪੁਰਸ਼ਾਂ ਦੀਆਂ ਚੱਲਦੀਆਂ ਨੇ। ਸੋ ਆਓ ਗੁਰੂ ਸਵਾਰਿਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ 13 ਪ੍ਰਵਿਸ਼ਟ ਪੋਹ ਸੁਦੀ 7 ਸੰਮਤ 1723 ਬਿਕਰਮੀ ਨੂੰ ਪਟਨੇ ਦੀ ਪਵਿੱਤਰ ਧਰਤੀ ਉੱਤੇ ਹੋਇਆ। ਸਮੂਹ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਅਸੀਂ ਇਸ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੀਆਂ ਯਾਦਾਂ ਮਨਾਉਂਦੇ ਰਹੀਏ। ਉਹਨਾਂ ਦੇ ਪ੍ਰਕਾਸ਼ ਦਿਹਾੜੇ, ਉਹਨਾਂ ਦੇ ਗੁਰਪੁਰਬ ਇਸੇ ਤਰ੍ਹਾਂ ਮਿਲ ਜੁਲ ਕੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਸ਼ੀਰਵਾਦ ਦਾ ਸਦਕਾ ਅਸੀਂ ਮਨਾਉਂਦੇ ਰਹੀਏ। ਸਤਿਗੁਰਾਂ ਦੇ ਪ੍ਰਕਾਸ਼ ਦੇ ਪ੍ਰਥਾਏ ਵੇਖੋ, ਧਰਤੀ ਜਿਹੜੀ ਹੈ ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਰਨ ਪੈ ਜਾਂਦੇ, ਉਹ ਭਾਗਾਂ ਵਾਲੀ ਹੋ ਜਾਂਦੀ ਹੈ। ਪਿਛਲੇ ਦਿਨੀ ਬਨਾਰਸ ਦੇ ਵਿੱਚੋਂ ਇੱਕ ਮੁਸਲਮਾਨ ਵੀਰ ਦਾ ਦਾਸ ਨੂੰ ਫੋਨ ਆਇਆ। ਉਹਨੇ ਅਨੇਕਾਂ ਚਲੋ ਸਵਾਲ ਜਵਾਬ ਕੀਤੇ, ਉਹਨਾਂ ਦੇ ਵਿੱਚੋਂ ਇੱਕ ਅਹਿਮ ਗੱਲ ਜਿਹੜੀ ਉਹਨੇ ਕੀਤੀ, ਕਹਿੰਦਾ ਕਿ ਪਟਨਾ ਸਾਹਿਬ ਜਾਣ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੇ ਪਰਿਵਾਰ ਸਮੇਤ 1 ਮਹੀਨਾ ਬਨਾਰਸ ਦੀ ਧਰਤੀ 'ਤੇ ਰਹੇ। ਉੱਥੇ 2 ਗੁਰਦੁਆਰਾ ਸਾਹਿਬ ਨੇ, ਇੱਕ ਦਾ ਨਾਮ ਲਾਚੀ ਬਾਗ ਹੈ ਅਤੇ ਇੱਕ ਦਾ ਨਾਮ ਗੁਰੂ ਕਾ ਬਾਗ ਹੈ। ਉਹ ਕਹਿੰਦਾ ਕਿ ਅਸੀਂ ਆਪਣੇ ਆਪ ਨੂੰ ਮੰਦੇ ਭਾਗਾਂ ਵਾਲੇ ਸਮਝਦੇ ਹਾਂ ਕਿ ਸਤਿਗੁਰੂ ਕੇਵਲ 1 ਮਹੀਨਾ ਹੀ ਇੱਥੇ ਠਹਿਰੇ, ਕਿਉਂਕਿ ਜੇ ਉਹ ਵੱਧ ਠਹਿਰ ਜਾਂਦੇ ਤਾਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਦੀ ਜਗ੍ਹਾ ਬਨਾਰਸ ਵਿੱਚ ਹੋ ਜਾਣਾ ਸੀ। ਅਤੇ ਜਿਹੜਾ ਮਾਣ ਅੱਜ ਪਟਨਾ ਸਾਹਿਬ ਦੀ ਧਰਤੀ ਨੂੰ ਮਿਲਿਆ ਹੋਇਆ ਹੈ, ਉਹ ਮਾਣ ਬਨਾਰਸ ਦੀ ਧਰਤੀ ਨੂੰ ਮਿਲ ਜਾਣਾ ਸੀ। ਜਿਨ੍ਹਾਂ ਨੂੰ ਸਤਿਗੁਰੂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਗੁਰੂ ਪਰਿਵਾਰਾਂ ਨਾਲ ਪਿਆਰ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼, ਸਤਿਗੁਰਾਂ ਦੇ ਚਰਨਾਂ ਦੀ ਮੌਜ ਕੀ ਹੈ, ਉਹ ਜਾਣਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਦਾ ਇੱਥੇ ਪ੍ਰਗਟ ਹੋਣਾ ਕਿੰਨਾ ਅਹਿਮੀਅਤ ਰੱਖਦਾ ਹੈ। ਸੋ ਆਓ, ਸਤਿਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਜਦੋਂ ਪਟਨੇ ਦੀ ਧਰਤੀ 'ਤੇ ਹੋਇਆ, ਉਸ ਵੇਲੇ ਦਾ ਉੱਥੇ ਕੀ ਮਾਹੌਲ ਬਣਿਆ ਹੋਇਆ। ਕਿਉਂਕਿ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਮਾਤਾ ਗੁਜਰ ਕੌਰ ਦਾ ਜੀਵਨ ਪੜ੍ਹਦੇ ਹਾਂ, ਤਾਂ ਲਗਭਗ 30 ਸਾਲ ਦੇ ਨੇੜੇ ਦਾ ਅਰਸਾ ਬਣਦਾ ਹੈ ਆਨੰਦ ਕਾਰਜ ਹੋ ਚੁੱਕੇ ਨੇ। 30 ਸਾਲ ਦੇ ਨੇੜੇ ਦਾ ਅਰਸਾ, ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ। ਘਰ ਵਿੱਚ ਕੋਈ ਔਲਾਦ ਨਹੀਂ ਹੈ ਸਾਡੇ, ਤੇ 1 ਅੱਧਾ ਸਾਲ ਜਾਂ 6 ਮਹੀਨੇ ਜਾਂ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਜੇ ਕਿਤੇ ਕੋਈ ਆਸ ਨਾ ਜਾਗੇ ਤੇ ਅਸੀਂ ਗੁਰੂ ਦੇ ਚਰਨ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਭਟਕਣਾ ਸ਼ੁਰੂ ਕਰ ਦਿੰਦੇ ਹਾਂ। ਪਰ ਸਬਰ ਰੱਖਿਆ, ਸੰਤੋਖ ਰੱਖਿਆ ਮਾਤਾ ਗੁਜਰ ਕੌਰ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਦੇ ਪਰਮਾਤਮਾ ਨੂੰ ਉਲਾਂਭਾ ਨਹੀਂ ਦਿੱਤਾ ਕਿ ਸਾਡੇ ਘਰ ਦੇ ਵਿੱਚ ਅਜੇ ਤੱਕ ਔਲਾਦ ਦੀ ਜਿਹੜੀ ਕਿਲਕਾਰੀ ਹੈ ਉਹ ਸੁਣਾਈ ਕਿਉਂ ਨਹੀਂ ਦਿੱਤੀ। ਕੋਈ ਥੋੜ੍ਹਾ ਅਰਸਾ ਨਹੀਂ ਹੁੰਦਾ, 30 ਸਾਲ ਦੇ ਲਗਭਗ ਜਿਹੜਾ ਸਮਾਂ ਉਹ ਬਣਦਾ ਹੈ। ਤੁਸੀਂ ਬਾਬਾ ਬਕਾਲਾ ਸਾਹਿਬ ਜਾਓ, ਉੱਥੋਂ ਇਹ ਗੱਲ ਦੇ ਸਬੂਤ ਮਿਲਦੇ ਨੇ ਕਿ ਕਿੰਨਾ ਚਿਰ ਸਤਿਗੁਰੂ ਪਾਤਸ਼ਾਹੀ ਨੇ ਪ੍ਰਚਾਰਕ ਫੇਰੀਆਂ ਕੀਤੀਆਂ, ਕਿੰਨਾ ਚਿਰ ਸਤਿਗੁਰੂ ਪਾਤਸ਼ਾਹੀ ਨੇ ਬੰਦਗੀ ਕੀਤੀ, ਕਿੰਨਾ ਸਮਾਂ ਅਰਸਾ ਜਿਹੜਾ ਉਹ ਬਣਦਾ ਹੈ ਆਨੰਦ ਕਾਰਜ ਤੋਂ ਸਤਿਗੁਰਾਂ ਦੇ ਪ੍ਰਕਾਸ਼ ਤੱਕ। ਸੰਗਤੇ ਜਦ ਹੋਈਆਂ ਰੁਸ਼ਨਾਈਆਂ, ਉਸ ਵੇਲੇ ਅੰਬਰਾਂ ਤੋਂ ਪਰੀਆਂ ਮੰਗਲ ਗਾਉਣ ਆਈਆਂ। ਮਾਤਾ ਗੁਜਰੀ ਦੀ ਕੋਠੜ ਪਾਗ ਵਾਹਿਗੁਰੂ ਲਾਇਆਂ ਰੁਸ਼ਨਾਈਆਂ, ਉਸ ਵੇਲੇ ਅੰਬਰਾਂ ਤੋਂ ਪਰੀਆਂ ਮੰਗਲ ਗਾਉਣ ਆਈਆਂ। ਮਾਤਾ ਗੁਜਰੀ ਦੀ ਕੋਠੜ ਪਾਗ ਵਾਹਿਗੁਰੂ ਲਾਇਆ ਵਾਲੀ ਇਸ ਦੁਨੀਆਂ ਦੇ ਸੰਗਤੇ ਵਿੱਚ ਪਟਨੇ ਦੇ
ਸੱਚਾਈ ਬੋਲਣ ਤੋਂ ਜਦ ਸੀ ਹਰ ਕੋਈ ਜਨ ਡਰਦਾ ਜੇ ਮਾਂ ਦੁਖੀਆਂ ਦਾ ਸੀ ਜਦ ਜਾਂਦਾ ਖੂਨ ਅਜਾਇਆ ਵਾਲੀ ਇਸ ਦੁਨੀਆਂ ਤੇ ਸੀ ਫਿਰ ਦਿਲ ਘਬਰਾਏ ਲੱਗਦਾ ਸੀ ਪਟਨੇ ਦਾ ਉਦੋਂ ਹਰ ਪਾਸਾ ਰੁਸ਼ਮਾਇਆ ਵਾਲੀ ਇਸ ਦੁਨੀਆਂ ਦਾ ਸੰਗਤੇ ਵਿੱਚ ਪਟਨੇ ਦੇ ਆਇਆ ਪਰਮਾਤਮਾ ਦੇ ਧਰਤੀ ਸੀ ਦੁਖੀ ਹੋ ਰੋਈ ਉਸ ਸੱਚੇ ਵਾਹਿਗੁਰੂ ਨੇ ਦਲਾਇਆ ਵਾਲੀ ਇਸ ਦੁਨੀਆਂ ਕਰੂਏ ਧਰਮ ਦੀ ਕਿਰਤ ਕਮਾਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ 'ਤੇ ਹੋ ਦੇ ਨਾਲ ਉਹਨਾਂ ਦੇ ਜਨਮ ਦੇ ਨਾਲ ਉਹਨਾਂ ਦੇ ਚੋਜਾਂ ਦੇ ਨਾਲ ਅਨੇਕਾਂ ਨਿਸ਼ਾਨੀਆਂ ਅਜੇ ਤੱਕ ਮੌਜੂਦ ਨੇ। ਹਾਂ, ਇਹ ਕੌਮ ਦੀ ਤ੍ਰਾਸਦੀ ਹੈ ਜਿਹੜਾ ਉਹਨਾਂ ਨੇ ਦੁੱਖ ਸਾਂਝਾ ਕੀਤਾ ਕਿ ਬਹੁਤ ਕੁਝ ਸਾਡੇ ਕੋਲੋਂ ਜਾਂਦਾ ਰਿਹਾ। ਅਸੀਂ ਪਿਛਲੇ ਦਿਨੀ ਫਤਿਹਗੜ੍ਹ ਸਾਹਿਬ ਸਰਹੰਦ ਗਏ, ਉੱਥੋਂ ਮਰਿੰਡਾ ਜਿੱਥੇ ਮਰਿੰਡਾ ਥਾਣਾ ਹੈ ਉੱਥੇ ਕੋਤਵਾਲੀ ਸਾਹਿਬ ਗੁਰਦੁਆਰਾ ਹੈ ਜਿੱਥੇ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦੇ ਇੱਕ ਰਾਤ ਰਹੇ ਨੇ। ਉਹ ਕੋਤਵਾਲੀ ਅਜੇ ਤੱਕ ਸੰਭਾਲੀ ਹੋਈ ਹੈ, ਉੱਪਰ ਬਿਲਡਿੰਗ ਬਣ ਚੁੱਕੀ ਹੈ। ਉਹਦੇ ਤੋਂ 2 ਕਿਲੋਮੀਟਰ ਦੂਰ ਸਹੇੜੀ ਪਿੰਡ ਹੈ ਜਿਹੜਾ ਗੰਗੂ ਦਾ ਪਿੰਡ ਕਿਹਾ ਜਾਂਦਾ ਹੈ। ਸਾਰਾ ਪਿੰਡ ਨਵੀਆਂ ਬਿਲਡਿੰਗਾਂ ਵਾਲਾ ਹੈ ਪਰ ਇੱਕ ਬਿਲਡਿੰਗ ਉੱਥੇ ਪੁਰਾਣੀ ਹੈ ਜਿਹੜੀ ਉਸੇ ਤਰ੍ਹਾਂ ਇੰਨ ਬਿੰਨ ਸੰਭਾਲੀ ਹੋਈ ਹੈ। ਲਾਗੇ ਗੁਰਦੁਆਰਾ ਸਾਹਿਬ ਕਾਰਸੇ ਵਾਲੇ ਮਹਾਂਪੁਰਸ਼ ਬਣਾ ਰਹੇ ਨੇ। ਖੁਸ਼ੀ ਹੋਈ ਇਹ ਗੱਲ ਵੇਖ ਕੇ ਕਿ ਵਿਰਾਸਤ ਸੰਭਾਲੀ ਹੈ। ਉਹ ਘਰ ਗੰਗੂ ਦਾ ਘਰ ਹੈ ਜਿੱਥੇ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦੇ ਇੱਕ ਰਾਤ ਰਹੇ, ਉੱਥੇ ਉਹ ਪਲੰਗ ਵੀ ਹੈ। ਉਸੇ ਤਰ੍ਹਾਂ ਨਿੱਕੀ ਇੱਟ ਦਾ ਉਹ ਜਿਹੜਾ ਮੱਥਾ ਬਿਲਕੁਲ ਸਲਾਮਤ ਹੈ, ਬਿਲਕੁਲ ਸਹੀ ਸਲਾਮਤ ਜਿਹੜਾ ਉਹ ਅਜੇ ਤੱਕ ਹੈ। ਉਹ ਆਪਣੀ ਪ੍ਰਾਪਤਨ ਹੋਣ ਦੀ ਜਿਹੜੀ ਗਵਾਹੀ ਦਿੰਦਾ, ਉਹਦੀ ਜਿਹੜੀ ਛੱਤ ਹੈ ਉਹ ਛੱਤ ਘੱਟੋ ਘੱਟ ਵੀ 2.5-3 ਫੁੱਟ ਚੜ੍ਹਾਈ ਦੇ ਵਿੱਚ ਹੈ ਉੱਪਰ ਨੂੰ, ਅਤੇ ਸਾਰੀ ਮਿੱਟੀ ਹੈ ਉਹਦੇ ਉੱਪਰ, ਥੱਲੇ ਮੋਟੇ ਮੋਟੇ ਬਾਲਗੀਰ ਨੇ। ਹੁਣ ਉਹਨੂੰ ਰਿਪੇਅਰਿੰਗ ਦੀ ਲੋੜ ਹੈ। ਗੱਲ ਕੀ ਕਿ ਅਜੇ ਵੀ ਬਹੁਤ ਕੁਝ ਹੈ, ਜੇ ਸੰਭਾਲਿਆ ਜਾਵੇ ਤਾਂ ਬਹੁਤ ਸਾਰੀਆਂ ਵਿਰਾਸਤਾਂ ਸਾਡੀਆਂ ਅਜੇ ਵੀ ਨੇ ਜਿਹੜੀਆਂ ਆਪ ਇਤਿਹਾਸ ਜਿਹੜਾ ਉਹ ਬਿਆਨ ਕਰ ਰਹੀਆਂ। ਸੋ ਆਓ, ਸਤਿਗੁਰੂ ਪਾਤਸ਼ਾਹੀ ਦਾ ਆਗਮਨ ਹੋ ਚੁੱਕਾ ਹੈ। ਆਪਾਂ ਹੁਣ ਗੱਲ ਕਰ ਰਹੇ ਸੀ ਪਟਨਾ ਸਾਹਿਬ ਦੀ ਵਿਰਾਸਤ ਦੀ। ਉੱਥੇ ਜਦੋਂ ਜਾਓ ਗੁਰਦੁਆਰਾ ਬਾਲ ਲੀਲਾ ਸਾਹਿਬ ਹੈ, ਉੱਥੇ ਰਾਣੀ ਮੈਣੀ ਦੀ ਯਾਦ ਨਾਲ ਸੰਬੰਧਿਤ ਇੱਕ ਕਮਰਾ ਸੰਭਾਲਿਆ ਹੋਇਆ। ਉੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਪਨ ਦੀਆਂ ਕੁਝ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਨੇ। ਗੁਰਦੁਆਰਾ ਕੰਗਣ ਘਾਟ ਹੈ, ਉੱਥੇ ਚਲੇ ਜਾਓ। ਉੱਥੋਂ ਦਾ ਇਤਿਹਾਸ ਬੋਲ ਕੇ ਦੱਸਦਾ ਹੈ ਕਿ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮੋਹ ਮਾਇਆ ਦਾ ਤਿਆਗ ਕਰਨ ਵਾਸਤੇ ਸਾਨੂੰ ਇਸ਼ਾਰਾ ਦਿੱਤਾ ਸੀ। ਉੱਥੇ ਗੁਰਦੁਆਰਾ ਕੰਗਣ ਘਾਟ ਬਣਿਆ ਹੋਇਆ। ਗੁਰਦੁਆਰਾ ਗਊ ਘਾਟ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਤਿਗੁਰੂ ਦੀ ਰਹਿਮਤ ਕਿਵੇਂ ਕਿਵੇਂ ਵਰਤਦੀ ਹੈ, ਕਿਵੇਂ ਮਹਾਂਪੁਰਸ਼ਾਂ ਦਾ ਇਸ਼ਨਾਨ ਅੰਮ੍ਰਿਤ ਵੇਲੇ ਹੋਇਆ ਕਰਦਾ ਸੀ। ਗੁਰਦੁਆਰਾ ਗੁਰੂ ਕਾ ਬਾਗ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਰਹਿਮਤ ਦੀ ਨਿਸ਼ਾਨੀ ਹੈ। ਜਦੋਂ ਉਹਨਾਂ ਨੇ ਉੱਥੇ ਜਾ ਕੇ ਉਤਾਰਾ ਕੀਤਾ, ਕਈ ਚਿਰਾਂ ਤੋਂ ਸੁੱਕਾ ਹੋਇਆ ਬਾਗ ਹਰਿਆ ਹੋ ਗਿਆ ਸੀ। ਬਹੁਤ ਸਾਰੀਆਂ ਗੁਰਦੁਆਰਾ ਹਾਂਡੀ ਸਾਹਿਬ ਹੈ, ਉੱਥੇ ਉਹ ਗੱਲ ਦੀ ਪ੍ਰਮਾਣਿਕਤਾ ਹੈ ਕਿ ਇੱਥੇ ਇੱਕ ਮਾਈ ਕਿਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੀ ਸੀ ਹਾਂਡੀ ਬਣਾ ਕੇ, ਖਿਚੜੀ ਬਣਾ ਕੇ, ਅਤੇ ਸਤਿਗੁਰੂ ਪਾਤਸ਼ਾਹ ਆਪ ਆਪਣੇ ਹਾਣੀਆਂ ਦੇ ਨਾਲ ਚੋਜ ਕਰਦੇ ਹੋਏ ਉਸ ਮਾਈ ਦੇ ਕੋਲ ਆ ਕੇ ਹਾਂਡੀ ਛਕਿਆ ਕਰਦੇ ਸਨ, ਖਿਚੜੀ ਛਕਿਆ ਕਰਦੇ ਸਨ। ਸੋ ਇਹ ਸਾਡਾ ਇਤਿਹਾਸ ਹੈ। ਸੋ ਆਓ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਨਾਮ ਗੋਬਿੰਦ ਰਾਏ ਰੱਖਿਆ ਗਿਆ, ਛੋਟੀ ਜਿਹੀ ਉਮਰ ਹੈ। ਇੱਧਰੋਂ ਪ੍ਰਕਾਸ਼ ਹੋਇਆ, ਉੱਧਰੋਂ ਜਿਵੇਂ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਲਿਖਦੇ ਹੋਏ ਉਹਨਾਂ ਦੇ ਆਗਮਨ ਦੇ ਬਾਰੇ ਕਹਿੰਦੇ ਨਾ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲੋਆ। ਉਸ ਹੀ ਤਰ੍ਹਾਂ ਦਾ ਵਾਤਾਵਰਨ ਇੱਥੇ ਬਣਿਆ ਹੋਇਆ। ਇੱਥੇ ਕੁਦਰਤੀ ਵਾਤਾਵਰਨ 'ਚ ਫਰਕ ਪਿਆ,
जिथे कुदरती वातावरण च फर्क पिया, जिथे पटने शहर दियां संगतां ने खुशियां मनाईयां, उत्थे पटने तो 700 मील की दूरी ते बैठा होया पीठ पीक पीर भीखम शाह, जिन्हों भीखम शाह भी कहा जाता है। साडा पहला जत्था इस दीवान का पहला सिंह साहब करके गए ने विचार, इस करके असी बचपन के जन्म के प्रथाए ही आप जी के नाल विचार करके फतेह आप जी के नाल बुला लेनी है, क्योंकि शुरुआत जिहड़ी है अगे इतिहास जिवें जिवें टर्न बाय टर्न लड़ी चलती जाती है उस तरीके नाल सारा दिन चलेगा। सो इस सारे समागम का जिहड़ा लाइव टैलीकास्ट है पंजाब सैमन टीवी वाले कर रहे हैं, धन्यवाद है इन्हां वीरां दा भी। सो आओ भीखम शाह फकीर अपने पिंड बैठे हुए ने ठसका कुड़ाम पटने तो 700 मील की दूरी उत्ते। साढ़े बहुत ही सत्कारयोग बाबा जोगिंदर सिंह जी लालूवाल वाल उन्हां वल्लों बेंत माया हाजिर हुई है जी। सरपंच अजमेर सिंह जी करिंडी उन्हां वल्लों इस वेले हाजरी लवाई गई है जी। आओ होर संगतां हाजरी लवा रही ने, समुची अरदास करिए। कहो जी नानक नाम चढ़दी कला तेरे भाणे सरबत दा पला। हुण उदों अज वर्गे साधन नहीं सी कि किते कोई मैसेज भेजा जावे, छेती मैसेज मिल जावे कि इस जगह उत्ते आ कौतुक होया आ कार्ज होया। उदों ते बस दिल दीआं तारां जिहड़ियां सुरत दीआं तारां इन्हां दे राही ही पीर भीखम शाह नूं पता लगा कि पटने की धरती उत्ते किसी महान रहिबर का अवतार हो चुका है। ये की होया, इहदे नाल की वापरिया? यह रोजाना अपनी बंदगी विच रब की बंदगी जुड़िया करता सी। मुसलमान वीरां दा अकीदा है कि लहिंदे वल नूं मूंह करके नमाज अदा करदे ने। अज की करदा है? अज इन्हें पहला लहिंदे वल नूं मुख कीता है, चित नहीं जुड़िया। फिर चढ़ वाहिगुरू उत्तर वाले पासे नूं मुख कीता है, चित नहीं जुड़िया। फिर दक्षण वाले पासे नूं मुख कीता है, चित नहीं जुड़ता करतार की बंदगी दे विच। फिर इन्हें अपने धर्म की रीत दे उल्ट जो सदियां तों चली आ रही सी उहदे उल्ट इन्हें चढ़दे वल नूं मुख करके जदों नमाज अदा कीती, इहदा एकदम चित जिहड़ा उस करतार दे नाल उस खुदावंद दे नाल जुड़ गया। हुण जदों इहदे चेलियां ने वेख्या कि पीर जी शायद वडेरी उम्र दे होण करके इन्हां नूं दिशा दा पता नहीं लगा, इन्हां ने अपने धर्म की रीत दे उल्ट लहिंदे की बजाए चढ़दे वल नूं मुख करके नमाज अदा कर दिती है, तो खुश भी बड़े ने। हुण पता सी कि पीर पुजदी वाला है, रहमत वाला है, सवाल भी सीधा नहीं कर सकते। फिर भी कुछ कु मरीदा ने करड़ा जिहा मन करके भीखम शाह फकीर नूं पुछया, पीर जीओ जे उम्र वडेरी हो गई है दिशा का पता नहीं लगता तो सानू दस दया करो, असी तुहानू दस दया करिए कि किहड़े पासे पश्चिम है किहड़े पासे लहिंदा पासा है, तुहानू शायद पता नहीं लगता। पीर जी कहिंदे कहिंदे कि मैनू कोई भुलेखा नहीं पिया, जिहड़े रहिबर नूं जिहड़े खुदावंद नूं जिहड़े अल्लाह ताला नूं असी नित लहिंदे वल नूं सजदा करिया करदे सी, उस खुदावंद ने उस रब्बी अवतार ने रब्बी नूर ने पटने की धरती उत्ते अवतार धर लिया है। जदों ये गल सुनी, हुण किसी धर्म के अचानक बदलाव होवे, महापुरश बाबा अनूप सिंह जी खुआले वाले उन्हां वल्लों बेंत माया हाजिर हुई है जी, सतगुरु पातशाह चढ़दी कला करन। जदों किसी धर्म के अचानक बदलाव होवे किसी रीत दे विच ते उत्थे तड़थली मच जानी, कोहराम मच जाना, उत्थे विवाद विवाद पैदा हो जाना, यह कोई वड्डी गल नहीं है, सुभाविक जी गल है, क्योंकि चिरां तो चलती आउंदी रीत नूं जदों तोड़ना होवे बड़ा औखा हो जाता है। जदों मरीदां नूं इन्नी गल कही है भीखम शाह फकीर ने ते मरीद मनन नूं तैयार नहीं, कहिंदे इदां किवें हो सकदा, तुहानूं इत्थे किवें पता लग सकदा है। साइंस अज मनन लग पई है कि एक टैलीपैथी हुंदी है, जदों आपां एक दूजे दे आमणे सामणे बैठदे हां ना तां एक चेहरे का मैसेज दूसरे चेहरे नूं मिलदा है, आपां दूसरे बंदे दे चेहरे दे हाव भाव नूं वेख के महसूस कर सकते हैं कि जिहदे कोल असीं आके बैठे हाँ वह साडे बारे की सोच रहा, साडे आउण दे नाल उहनूं चंगा लगा जां माड़ा लगा, हाव भाव आपां जज कर जांदे हां पता लग जांदा है। इसे तरह सुरत की उडारी नूं भी गुरबाणी ने भी प्रमाणता दिती है ते साइंस भी प्रमाणता दिंदी है कि किसी वेले ऐसा हो सकता है कि दूर बैठे हुए दो इंसान इको जिहा सोच सकते हैं, जां इदां भी हो सकता है कि दूर बैठा हुए कोई किसी नूं याद करे तो दूसरे इंसान नूं महसूस हो सकता है, उन्हूं भी उहदी याद आ सकती है। यही कुछ वापरिया उत्ते ठसके कुड़ाम की धरती के उत्ते, पटने की धरती वल तारां जुड़ चुकिया ने। हुण जदों मरीदां ने जिद की कि जे तुहानूं दर्शन हो गए ने ते सानूं भी दर्शन करवा दिओ। हुण अज दे भुलेखा पाऊ लोग जिहड़े कहिंदे आ कि असीं रब की गल दस सकदे आ, उन्हां नूं इस गल तो सोझी पा लैनी चाहीदी है, ते जिहड़े लोग बेचारे गुमराह हो जांदे आ उन्हां नूं भी इस गल का पता लग जाना चाहीदा है कि रब की जिहड़ी रहमत है ना उहनूं केवल माणिया जा सकदा है। जे कोई कहे
कि मैं माणी बनाई हुई रहमत किसी नूं विखा सकां, किसी अगे यार कर सकां, किसी अगे प्रगट कर सकां, तां ऐसा नहीं हो सकता। क्योंकि धर्म की सेध लैके उहदे उत्ते चल के मेहनत करके घालना घाल के उस मार्ग का आनंद माणिया जा सकता है। किसी का माणिया होया आनंद जिहड़ा है वह किसी नूं कोई महसूस नहीं करवा सकता। यही गल इत्थे वापरी है जी। दल पंथ बाबा बिधी चंद जी उन्हां दे इस वेले जिहड़े मुखी जथेदार साहब बाबा अवतार सिंह जी जो इस वेले सेवा निभा रहे ने उन्हां दी चढ़दी कला वास्ते ते नाल भाई जगजीत सिंह जी नौकरी की अरदास कराउंदे ने। सो आओ सतगुरां दे चरणां विच अरदास करिए। समूह संगत साथ दिओ, कहो जी नानक नाम चढ़दी कला तेरे भाणे सरबत दा पला। सो आओ आपां विचार कर रहे सी कि जदों ऐसियां चीज़ां वापरदियां ने फिर बहुत कुछ प्रतक हुंदा है, प्रगट हुंदा है। भीखन शाह फकीर नूं उहदे मरीद कहिंदे आ कि जे तुहानूं नज़र आ चुका है, तुहानूं पता लग चुका है, तो सानूं वी विखा दिओ। भीखन शाह जी कहिंदे इदां नहीं, जो आनंद मैं प्राप्त कर लिया है, जिहड़ी आनंद की झलक मैं वेख ली है, वह तुहानूं मैं इत्थे इन बिन नहीं विखा सकदा, इहदे वास्ते सानूं इत्थों चल के जाणा पवेगा। भीखन शाह फकीर दे नाल उहदे मरीद उहदे चेले तुर पए ने। खरियां भावनावां लै के भीखन शाह फकीर ते उहदे मरीद कड़ाम ठसके तो चले ने पटनी दी धरती नूं। आओ 700 मील दा पंध किवें खत्म हो रहा है, कविशरी यथा उस वेले दी वार्ता इवें बयान करदा है। भीखम शाह ते चेले उस दे कार तिआरी चले जी, चावां नाल रवाना हो गए ओ पटने दे उल्ले जी। ओ गाउंदे जस ते कहिंदे एता मंगला जावण तीर दे, आओ चल के दर्शन करिए पटने विचले पीर दे। गमशां ते चले उस दे कार तिआरी चले जी, चावां नाल रवाना हो गए ओ पटने दे वल्ले जी। ओ गाउंदे जस ते कहिंदे मंजला जावन तीर दे, आओ चल के दर्शन करिए पटने विचरे पीर दे। कोई ना उस दे वरगा सुनिया ओ तारू पी लाई है, जा कोई ओ भगती दा सोमा जा फिर संत छपाई है। बदले जाणगे भाग साडे ते तकदीर दे, आओ चल के दर्शन करिए पटने विचले पीर दे। सारे दुख कलेशां ताई मिल जाऊ छुटकारा जी, भव सागर चो पार लगन दा कर लईए कोई चारा जी। ओ मल्लो मल्ली पल पकाउंदे दिल सुन्ने पीर दे, आओ चल के दर्शन करिए पटने विचले पटने विचले पीर दे। दिल विच लै के कई कई सदना जांदे नाम सारे ने, आखण माई ताही मिलना सतगुरु दे सतगुरु दे प्यारे ने। एक दूजे नूं दे हौसले जांदे नाल लहीर दे, आओ चल के दर्शन करिए पटने विचले पीर दे। आलस बाबा होवण लगे अल्लाह दे दीदारे जी, महला विच हनेरी बीते जिंदगी दे पल सारे जी। ओ जल चासी कटियो सदी नाल जोत लगे पीर दे, कटी जाऊ चरासी सबदी नारे आए तसीर दे, आओ चल के दर्शन करिए पटने चले पीर दे। मुर्शद मुर्शद कर दिया ही बस उम्र गवा ली सारी है, अज ना हथों निकले वेला अज मिलन दी अज मिलन दी वारी है। अज गुरु सेवक रल के गाने कटे सच दलगीर दे, आओ चल के दर्शन करिए
ਪਟਨੇ ਵਿੱਚ ਚਲੇ ਪੀਰ ਦੇ। ਇਸ ਤਰੀਕੇ ਦੇ ਨਾਲ ਭੀਖਣ ਸ਼ਾਹ ਫਕੀਰ ਅਤੇ ਉਹਨਾਂ ਦੇ ਮੁਰੀਦ ਥਸਕੇ ਕਢਾਣ ਤੋਂ ਚਾਲੇ ਪਾ ਕੇ ਪਟਨੇ ਦੀ ਧਰਤੀ ਨੂੰ ਰਵਾਨਾ ਹੋ ਚੁੱਕੇ ਨੇ। ਸਾਡੇ ਵੀਰ ਜੀ ਭਗਵੰਤ ਸਿੰਘ ਫੌਜੀ ਉਹਨਾਂ ਦੇ ਨਾਮ ਤੋਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇਸ ਵੇਲੇ ਅਰਦਾਸ ਕਰਵਾ ਕੇ ਗਏ ਨੇ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਜਿੱਥੇ ਆਪਾਂ ਇਤਿਹਾਸਕ ਹਾਜ਼ਰੀ ਲਵਾ ਰਹੇ ਹਾਂ ਉੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਾਸਤੇ ਜੋ ਪਿਛਲੇ ਲੰਮੇ ਸਮੇਂ ਤੋਂ ਭਾਈ ਪਾਲ ਸਿੰਘ, ਭਾਈ ਅਮਰੀਕ ਸਿੰਘ ਨਗਰ ਕੀਰਤਨ ਦੇ ਨਾਲ ਵੀ ਹਾਜ਼ਰੀ ਨਿਭਾਉਂਦੇ ਨੇ, ਉਹਨਾਂ ਦੀ ਅਗਲੀ ਫੌਜ, ਅਗਲੀ ਪੀੜ੍ਹੀ ਜਿਹੜੀ ਹੈ ਉਹ ਇਸ ਵੇਲੇ ਇੱਥੇ ਬੈਠੀ ਹੋਈ ਹੈ, ਅਤੇ ਜੋ ਆਪਾਂ ਮਾਇਆ ਭੇਟ ਕਰ ਰਹੇ ਹਾਂ ਉਹਦੇ ਬਦਲੇ ਉਸ ਰੂਪਾਲ ਦੀ ਬਖਸ਼ਿਸ਼ ਜਿਹੜੀ ਹੈ ਉਹ ਸੰਗਤਾਂ ਨੂੰ ਦੇ ਰਹੇ ਨੇ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਇੱਧਰ ਵੀ ਖਿਆਲ ਰੱਖਣਾ, ਕਿਉਂਕਿ ਜਿਹੜੇ ਕਾਰਜ ਨੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਚੱਲਦੇ ਆ। ਅਸੀਂ ਵੇਖਦੇ ਆਏ ਹਾਂ ਕਿਉਂਕਿ ਨਗਰ ਕੀਰਤਨ ਘੱਟੋ ਘੱਟ ਅਸੀਂ 4-5 ਸਾਲ ਸ਼ਾਇਦ ਲਗਾਤਾਰ ਲਾਇਆ, ਇੱਥੇ ਹਾਜ਼ਰੀ ਭਰੀ ਹੈ, ਅਤੇ ਅਸੀਂ ਵੇਖਦੇ ਹਾਂ ਸੰਗਤਾਂ ਦਾ ਬਹੁਤ ਪਿਆਰ ਹੈ, ਇਸ ਤਰੀਕੇ ਨਾਲ ਵੀ ਸੰਗਤ ਹਾਜ਼ਰੀ ਲਵਾਉਂਦੀ ਹੈ। ਸੋ ਅੱਜ ਵੀ ਇਸ ਤਰੀਕੇ ਨਾਲ ਖਿਆਲ ਰੱਖਣਾ ਹੈ ਜੀ। ਸੋ ਆਓ ਆਪਾਂ ਸਰਵਣ ਕਰ ਰਹੇ ਸੀ ਕਿ ਭੀਖਣ ਸ਼ਾਹ ਫਕੀਰ ਅਤੇ ਉਹਨਾਂ ਦੇ ਚੇਲੇ ਚੱਲ ਪਏ ਨੇ ਪਟਨੇ ਦੀ ਧਰਤੀ ਨੂੰ। 700 ਮੀਲ ਦਾ ਪੰਧ ਹੈ, ਸਮਾਂ ਲੱਗਾ ਹੋਵੇਗਾ, ਕਿਉਂਕਿ ਅੱਜ ਵੀ ਜਦੋਂ ਆਪਾਂ ਟ੍ਰੇਨ 'ਤੇ ਜਾਂਦੇ ਹਾਂ ਅਤੇ ਟ੍ਰੇਨ 'ਚ ਬੈਠੇ ਹੀ ਧੱਕ ਜਾਈਦਾ, ਆਖੀਦਾ ਕਿ ਪੰਧ ਨਹੀਂ ਮੁੱਕਣ 'ਚ ਆਉਂਦਾ, ਅਤੇ ਉਸ ਸਮੇਂ ਉਹ ਚੱਲ ਕੇ ਗਏ ਹੋਣਗੇ, ਤੁਰ ਕੇ ਗਏ ਹੋਣਗੇ, ਕਿੰਨਾ ਸਮਾਂ ਲੱਗਾ ਹੋਵੇਗਾ, ਕਿੰਨੇ ਪੜਾਅ ਕੀਤੇ ਹੋਣਗੇ, ਕਿੰਨੀਆਂ ਔਕੜਾਂ ਦਾ ਸਾਹਮਣਾ ਕੀਤਾ ਹੋਵੇਗਾ, ਪਰ ਦਿਲ ਦੇ ਵਿੱਚ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਨਵੇਂ ਅਵਤਾਰ ਜਿਨ੍ਹਾਂ ਨੇ ਲਿਆ ਹੋਇਆ ਹੈ ਉਹਨਾਂ ਦਾ ਦਿਲ ਵਿੱਚ ਪਿਆਰ ਹੈ, ਰੱਬੀ ਨੂਰ ਨੂੰ ਤੱਕਣ ਦੀ ਮਨ ਵਿੱਚ ਚਾਹ ਹੈ, ਉਹ ਚਾਹ ਲੈ ਕੇ, ਉਹ ਇੱਛਾ ਲੈ ਕੇ ਭੀਖਮ ਸ਼ਾਹ ਫਕੀਰ ਅਤੇ ਉਹਦੇ ਮੁਰੀਦ ਪਟਨੇ ਦੀ ਧਰਤੀ ਨੂੰ ਜਾ ਰਹੇ ਨੇ। ਪਹੁੰਚ ਗਏ ਨੇ ਪਟਨੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਅਤੇ ਸਤਿਗੁਰੂ ਪਾਤਸ਼ਾਹ ਜੀ ਰੁਕੇ ਹੋਏ ਨੇ। ਉੱਥੇ ਜਾ ਕੇ ਜਦੋਂ ਬੈਠੇ ਨੇ ਅਤੇ ਜੋ ਉੱਥੇ ਪਹਿਲਾਂ ਚੱਲ ਰਿਹਾ ਹੈ ਕਿ ਜੋ ਵੀ ਆਉਂਦਾ ਹੈ ਉਹਦੀ ਇੱਛਾ ਪੂਰੀ ਕੀਤੀ ਜਾਂਦੀ ਹੈ। ਜੇ ਕੋਈ ਕੱਪੜਾ ਮੰਗਦਾ ਉਹਨੂੰ ਕੱਪੜਾ ਦਿੱਤਾ ਜਾਂਦਾ, ਜੇ ਕੋਈ ਪ੍ਰਸ਼ਾਦਾ ਮੰਗਦਾ ਹੈ ਉਹਨੂੰ ਪ੍ਰਸ਼ਾਦਾ ਛਕਾਇਆ ਜਾਂਦਾ ਹੈ, ਜੇ ਕੋਈ ਧਨ ਦੌਲਤ ਮੰਗਦਾ ਹੈ ਤਾਂ ਉਹਨੂੰ ਧਨ ਦੌਲਤ ਦਿੱਤੀ ਜਾਂਦੀ ਹੈ। ਜਦੋਂ ਇਹ ਫਕੀਰ ਅਤੇ ਇਹਨਾਂ ਦਾ ਟੋਲਾ ਉੱਥੇ ਪਹੁੰਚਿਆ ਤਾਂ ਪਰਿਵਾਰ ਨੇ ਪਹਿਲਾਂ ਵਾਂਗ ਹੀ ਇਹਨਾਂ ਕੋਲੋਂ ਪੁੱਛਿਆ ਕਿ ਦੱਸੋ ਤੁਹਾਡੀ ਕੀ ਸੇਵਾ ਕੀਤੀ ਜਾਵੇ। ਹੁਣ ਭੀਖਣ ਸ਼ਾਹ ਫਕੀਰ ਕਹਿਣ ਲੱਗੇ ਕਿ ਸਾਨੂੰ ਕੁਛ ਨਹੀਂ ਚਾਹੀਦਾ, ਅਸੀਂ ਤਾਂ ਨਵੇਂ ਜਨਮੇ ਬਾਲਕ ਦੇ ਰੱਬੀ ਨੂਰ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ। ਇੱਥੇ ਉਹਨੂੰ ਪਰਿਵਾਰ ਵੱਲੋਂ ਇਹ ਫੈਸਲਾ ਕੀਤਾ ਹੋਇਆ ਸੀ ਕਿ ਜਿਤਨੀ ਦੇਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਢਾਕੇ ਬੰਗਾਲੇ ਵਾਲੇ ਪਾਸੇ ਤੋਂ ਪ੍ਰਚਾਰਕ ਫੇਰੀ ਤੋਂ ਵਾਪਸ ਨਹੀਂ ਆਉਂਦੇ, ਉਨੀ ਦੇਰ ਬਾਲਕ ਦੇ ਕਿਸੇ ਨੂੰ ਦਰਸ਼ਨ ਨਹੀਂ ਕਰਵਾਏ ਜਾਣਗੇ। ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਦੀਦਾਰ ਕਰਨਗੇ, ਉਹਦੇ ਤੋਂ ਬਾਅਦ ਕਿਸੇ ਹੋਰ ਨੂੰ ਦੀਦਾਰ ਕਰਵਾਏ ਜਾਣਗੇ। ਵੇਖੋ ਜਦੋਂ ਆਪਾਂ ਇਤਿਹਾਸ ਵਿਚਾਰਦੇ ਹਾਂ, ਇੱਕ ਹੋਰ ਗੱਲ ਪੜ੍ਹ ਕੇ ਜਾਂ ਸੁਣ ਕੇ ਬੜੇ ਹੈਰਾਨ ਹੋਈਦਾ ਕਿ ਲਗਭਗ 30 ਸਾਲ ਦੇ ਅਰਸੇ ਤੋਂ ਬਾਅਦ ਘਰ ਦੇ ਵਿੱਚ ਔਲਾਦ ਨੇ ਜਨਮ ਲੈਣਾ ਹੋਵੇ ਅਤੇ ਬਾਪ ਘਰ ਨਾ ਹੋਵੇ, ਪ੍ਰਚਾਰਕ ਫੇਰੀ 'ਤੇ ਹੋਵੇ। ਅੱਜ ਦੇ ਸਮੇਂ ਦੇ ਲਿਹਾਜ਼ ਦੇ ਨਾਲ ਜਦੋਂ ਕਿਤੇ ਐਸਾ ਸਮਾਂ ਆਉਣ ਵਾਲਾ ਹੋਵੇ ਨਾ, ਤਾਂ ਆਪਾਂ ਤਕਰੀਬਨ ਕੋਸ਼ਿਸ਼ ਕਰਦੇ ਹਾਂ ਕਿ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇ, ਸਾਰੇ ਮੈਂਬਰ ਘਰ ਰਹਿਣ, ਜੋ ਵੀ ਡਾਕਟਰੀ ਸਹੂਲਤ ਅੱਜ ਦੇ ਸਮੇਂ ਦੇ ਲਿਹਾਜ਼ ਦੇ ਨਾਲ ਹੈ ਉਹ ਆਪਾਂ ਪਹਿਲਾਂ ਪੱਕੀ ਕਰਦੇ ਹਾਂ। ਪਰ ਕੈਸਾ ਮੇਰੇ ਗੁਰਦੇਵ ਪਾਤਸ਼ਾਹ ਜੀ ਦਾ ਜੀਵਨ, ਐਵੇਂ ਤਿਆਗ ਦੀ ਮੂਰਤ, ਵੈਰਾਗ ਦੀ ਮੂਰਤ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਨਹੀਂ ਕਿਹਾ ਜਾਂਦਾ, ਉਹਨਾਂ ਦਾ ਜੀਵਨ ਹੀ ਐਸਾ ਹੈ ਕਿ ਲਗਾਓ ਹੀ ਕੋਈ ਨਹੀਂ, ਕੋਈ ਪਕੜ ਹੀ ਨਹੀਂ ਹੈ। ਹੁਣ ਜਦੋਂ ਇਹ ਗੱਲ ਕਹੀ ਗਈ ਹੈ ਤੇ ਭੀਖਣ ਸ਼ਾਹ ਫਕੀਰ ਕਹਿਣ ਲੱਗੇ ਨਹੀਂ, ਸਾਨੂੰ ਜਿਹੜੇ ਪਹਿਲਾਂ ਦੀਦਾਰ ਕਰਵਾਏ ਜਾਣ ਉਹਦੇ ਤੋਂ ਬਾਅਦ ਅਸੀਂ ਹੋਰ ਕੋਈ ਗੱਲ ਸੋਚਾਂਗੇ, ਤੇ ਪਰਿਵਾਰ ਨੇ ਕਹਿ ਦਿੱਤਾ ਕਿ ਨਹੀਂ, ਦਰਸ਼ਨ ਨਹੀਂ ਹੋ ਸਕਦੇ, ਤੁਸੀਂ ਹੋਰ ਜੋ ਵੀ ਜ਼ਰੂਰਤ ਤੁਹਾਡੀ ਤੁਸੀਂ ਕਹਿੰਦੇ ਹੋ ਉਹ ਅਸੀਂ ਪੂਰੀ ਕਰ ਸਕਦੇ ਹਾਂ। ਹੁਣ ਭੀਖਣ ਸ਼ਾਹ ਫਕੀਰ ਨੇ ਜਿੱਦ ਕਰ ਲਈ, ਕਹਿੰਦਾ ਕਿ ਜਿੰਨੀ ਦੇਰ ਸਾਨੂੰ ਨਵੇਂ ਰੱਬੀ ਨੂਰ ਦੇ ਦਰਸ਼ਨ ਨਹੀਂ ਕਰਵਾਏ ਜਾਣਗੇ ਅਸੀਂ ਅੰਨ ਦਾ ਇੱਕ ਦਾਣਾ ਵੀ ਮੂੰਹ ਦੇ ਵਿੱਚ ਨਹੀਂ ਪਾਵਾਂਗੇ, ਅਸੀਂ ਅੰਨ ਦਾ ਇੱਕ ਦਾਣਾ ਵੀ ਨਹੀਂ ਛਕਾਂਗੇ। ਹੁਣ ਜਿੱਦ ਕਰ ਲਈ ਹੈ, ਵੇਖੋ ਫਕੀਰ ਹੋਵੇ ਸੱਚਾ, ਭਗਤ ਹੋਵੇ ਸੱਚਾ, ਅਤੇ ਉਹ ਰੱਬ ਦੇ ਨਾਲ ਵੀ ਜਿੱਦ ਕਰਕੇ ਬੈਠ ਜਾਵੇ ਨਾ, ਅਤੇ ਰੱਬ ਨੂੰ ਵੀ ਉਹਦੀ ਜਿੱਦ ਪੂਰੀ ਕਰਨੀ ਪੈਂਦੀ ਹੈ। ਇੱਕ ਵਾਰ ਕਹਿੰਦੇ ਆ ਕੋਈ ਸਿਆਣਾ ਮਨੁੱਖ, ਸਿਆਣਾ ਮਨੁੱਖ ਜਦੋਂ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ, ਕਿਉਂਕਿ ਵਜ਼ੀਰ ਸੀ ਉਹ, ਜਦੋਂ ਸਾਡੇ ਸਤਿਕਾਰ ਜੋ ਭਾਈ ਸਾਹਿਬ ਭਾਈ ਪਾਲ ਸਿੰਘ ਜੀ ਇਸ ਵੇਲੇ ਆਪਣੇ ਬੱਚਿਆਂ ਦਾ ਬਹੁਤ ਸਾਰਾ ਮਾਣ ਕਰਦੇ ਨੇ ਜੀ। ਸੋ ਆਓ ਹੋਰ ਸੰਗਤਾਂ ਵੱਲੋਂ ਮਾਣ ਕੀਤਾ ਗਿਆ ਇਤਿਹਾਸ ਭੇਟ, ਸਮੁੱਚੀ ਅਰਦਾਸ ਕਰੀਏ, ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾੜੇ ਸਰਬੱਤ ਦਾ ਭਲਾ। ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਬੱਚਾ ਅਤੇ ਫਕੀਰ ਰੱਬ ਦਾ ਪਿਆਰਾ ਜਿੱਦ ਕਰ ਲੈਂਦਾ ਹੈ ਨਾ, ਉਹਨਾਂ ਦੀ ਜਿੱਦ ਜਿਹੜੀ ਹੈ ਪੂਰੀ ਕਰਨੀ ਬੜੀ ਔਖੀ ਹੁੰਦੀ ਹੈ। ਭਾਈ ਗੁਰਿੰਦਰ ਸਿੰਘ ਜੀ ਇਟਲੀ ਤੋਂ ਬੇਨਤ ਮਾਨ ਭੇਜਦੇ ਨੇ ਜੀ ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ। ਉਹ ਜਦੋਂ ਵਜ਼ੀਰ ਦਰਬਾਰ ਦੇ ਵਿੱਚ ਆਇਆ, ਰਾਜੇ ਨੇ ਪੁੱਛਿਆ ਕਿ ਲੇਟ ਕਿਉਂ ਆਇਆ, ਕਹਿੰਦਾ ਕਿ ਮੇਰੇ ਬੱਚੇ ਨੇ ਜਿੱਦ ਕਰ ਲਈ ਸੀ।
इस करके मैं लेट हो गया। कहिंदा है कड़ी गल है, तू मेरा वजीर बादशाह दा वजीर ते बच्चे दी जिद पूरी करनी तेरे वास्ते कि औखा काम सी। कहिंदा नहीं राजा साहब, जदों बच्चा जिद कर लैंदा है ना, बच्चे दी जिद नहीं पूरी की जा सकती। कहिंदा ये किवें हो सकता है, तेरे कोल सारा कुछ की मंगदा सी ओ। कहिंदा इदां नहीं मैं कह सकदा, कोई शब्द कर सकदा, मैं बच्चा बनदा वां, तुसी बाप बनो, मैं जिद करदा, तुसी जिद पूरी करके विखा दो। जे तुसी मेरी जिद पूरी कर दिओ तो फिर मैं मन्नांगा कि वाकई हर एक जिद पूरी की जा सकती है। उन्हें कहा की करना है, कहिंदा कि मैं बच्चा वां, मेरी मंग है एक घड़ा मंगाया जाए। घड़ा मंगाया गया, कहिंदा हाँ दस। कहिंदा एक हाथी मंगाया जाए, हुण हाथी मंगाया गया। कहिंदा की करा, कहिंदा इस हाथी नूं घड़े दे विच बंद कर। वो कहिंदा यह किवें हो सकता, कहिंदा मेरी जिद है पूरी कर। अखीर उन्हें मनना पिया कि कुछ चीज़ा ऐसिया होंदिया ने, कुछ जिदा ऐसिया होंदिया ने जिहड़ियां पूरियां करनियां पैंदियां। इसे तरह फकीर दी, रब दे प्यारे दी, रब दी बंदगी करन वाले दी जिद है, जे वह अड़ जाए तो भगत धन्ने वांगू सारे काम रब को करवा सकता है। साडा इतिहास है, साडी गुरबाणी इस गल की गवाही भरदी, जे वह चाहे तो दुरकारे हुए भगत दे वल अपने मंदिर का मूँह नहीं कर सकता है। भावें कि अपने भगतों उन्हें हर समय प्यार किया है, उन्होंने विदकरा करने वाले भी समय समय के नाल आते रहे हैं, पर इतने एक भावना है कि दर्शन पहला गुरु गोबिंद गुरु तेग बहादुर साहब महाराज जी करेंगे, उसके तो बाद किसी होर करवाए जाएंगे। भीखन शाह फकीर कहिंदा मैं उन्ना चिर छकना कुछ नहीं है जिन्ना चिर ददारे ना करवाए जान। अखीर फकीर की सच्ची सुची जिद नूं वेखदिया होया मामा कृपाल चंद जी ने, परिवार ने यह फैसला किया कि फकीर नूं दर्शन करवा दिते जाण। हुण जदों आपां गुरु साहिब दे कोल आउने आ, साडे मन विच कई सवाल हुंदे ने कि वह सवाल आपां गुरु कोल हल करवाउणे। जदों आपां सतगुरु पातशाह दा हुक्मनामा साहिब सरवण करदे आ जां विचार सरवण करदे आ, कई सवाल साडे सतगुरु पातशाह जी उसे वेले तत्काल दे विच ही हल कर दिंदे आ। हुण भीखन शाह फकीर भी सतगुरु के चरणों में आउण लगा है, मन में एक सवाल है। सवाल की है कि जिहड़े नवें आए रब्बी नूर ने, यह हिंदुआं की पैरवी करनगे जां मुसलमान धर्म की पैरवी करनगे? यह सवाल इन्हें दो अपनी भावनावां जिहड़ियां ना दो कुजियां दे रूप में लै ली है। उन्हां दो कुजियां दे विच एक कुछ दुध पाया गया, एक कुछ पानी पाया गया, तो भावना यह बनाई गई कि जे दुध वाली कुजी दे विच उत्ते हथ रख देणगे, इशारा कर देणगे, संकेत दे देणगे, तां समझ लिया जाएगा कि मुसलमान धर्म की पैरवी करनगे। तो जे इन्हां पानी वाली कुजी वाला इशारा कोई संकेत दिता तां मन लिया जाएगा कि यह हिंदू धर्म की पैरवी करनगे। यह सवाल किसी वेले गुरु नानक साहब महाराज जी ने मक्के दे हाजियां ने भी किया। जदों गुरु नानक साहब महाराज जी ने सच्चा हज करवा दिता ना, तो भाई गुरदास जी कहिंदे ने कि पुछण फोल किताब नू हिंदू वड्डा के मुसलमान होई। उन्होंने शहरां नू किताब नू खोल के ते सतगुरु गुरु नानक साहब महाराज जी दे अगे एक सवाल रखिया, कहिंदे कि सानू दसना करो कि हिंदू वड्डा के मुसलमान वड्डा है। तो भाई गुरदास जी कहिंदे बाबा आखे हाजियां शुभ अमलां बाजों दोनों रो। कहिंदे ने कि ए हाजी लोको, जे अमल चंगे नहीं ना तो शुभ अमलों तो बाजो दोवे रोंदे हुए प्रतीत होणगे, भावें कोई हिंदू होवे भावें कोई मुसलमान होवे। इत्थे भी सवाल भीखन शाह फकीर के मन में आया कि किहदी पैरवी करनगे? आओ सतगुरु पातशाह ने किवें संकेत भीखन शाह फकीर नूं दिता, किवें कुजियां वाला सांझा इशारा दे के उन्होंने अपना मिशन भीखन शाह फकीर नूं इशारा ही इशारा में समझा दिता है जी। उस वेले का सीन पदरी वाला कीशरी जथा इवें बयान करदा है। रखिया पीक मशा दो कुजिया, बाला प्रीत मगल दिया बुजिया, शीतल होइया रूआ कुजिया, मानस जन्म सवार दिता। बाला प्रीतम मेरे मन दा, शंका परम नवार दिता। हाथ दो कुजिया ते रख, करिया दो धर्म दा पाख, वेख मुखड़े वारी दाख, सारे शीस नवाड़ लगे। आ गया पटवे सच्चा रही परा, पीक मशा सुनाण लगे। प्रीतम दिल दिया बुजिया, शीतल होइया रूआ गुजिया, मानस जन्म सवार दिता। बाला प्रीतम मेरे मन दारी दाख, सारे शीस नवाण लगे। आ गया पटवे सच्चा रही परे, पीक मशा सुनाण लगे। आ गया पटले सच्चा रही परे, पीक मशा सुनाण लगे। रातां दर्श वालियां बदा, बिगल चार्य फेरे वजा,
ਹਰ ਕੋਈ ਦਰਸ਼ ਕਰਨ ਲਈ ਭੱਜਾ ਪੂਰਾ ਸੀ ਸਤਿਕਾਰ ਦਿੱਤਾ ਬਾਲਾ ਪ੍ਰੀਤਮ ਮੇਰੇ ਮਨ ਦਾ ਸ਼ੰਕਾ ਪਰਮ ਨਿਵਾਰ ਦਿੱਤਾ ਪਾਰੀ ਕੁੱਜੀ ਦੇ ਵਿੱਚ ਪਾਇਆ ਹਿੰਦੂ ਮਾਤ ਨਿਸ਼ਾਨਾ ਲਾਇਆ ਰਾਤਾ ਇਸ ਧਰਮ ਦਾ ਆਇਆ ਪਹਿਲਾ ਬਣਤ ਬਣਾਉਣ ਲੱਗੇ ਆ ਜੇ ਪਟਨੇ ਸਚਾਰ ਉਤਰੇ ਪੀਕ ਮਿਸ਼ਾ ਸੁਣਾਉਣ ਲੱਗੇ ਆ ਗਿਆ ਪਟਨੇ ਸਚਾਰ ਉਤਰੇ ਪੀਕ ਮਿਸ਼ਾ ਸੁਣਾਉਣ ਲੱਗੇ ਆ ਕੇ ਦੂਸਰੀ ਕੁੱਜੀ ਦੁੱਧ ਰੱਖੀ ਮੋਮਣਾ ਵਾਲੀ ਸੁੱਧ ਰਹੇਗੀ ਰੰਗ ਵੇਖ ਕੇ ਬੁੱਧ ਜਦ ਧਰਮਾਂ ਨੂੰ ਪਿਆਰ ਦਿੱਤਾ ਬਾਲਾ ਪ੍ਰੀਤਮ ਮੇਰੇ ਮਨ ਦਾ ਸ਼ੰਕਾ ਭਰਮ ਨਿਵਾਰ ਦਿੱਤਾ ਭੀਖਮ ਲੱਗਾ ਗਾਵਣ ਸੋਲੇ ਡੂੰਘੇ ਭੇਦ ਪ੍ਰੀਤਮ ਖੋਲੇ ਜਿੱਤੇ ਰਹਿਣ ਜਰਾ ਨਾ ਹੋਲੇ ਮੁੜ ਮੁੜ ਦਰਸ਼ਨ ਪਾਉਣ ਲਗਾ ਆ ਗਿਆ ਪਟਨੇ ਸੰਚਾਰ ਤੇਰੇ ਭੀਖਮ ਸ਼ਾਸਨ ਆਉਣ ਲਗਾ ਆ ਗਿਆ ਪਟਨੇ ਸੰਚਾਰ ਤੇਰੇ ਭੀਖਮ ਸ਼ਾਸਨ ਆਉਣ ਲਗਾ ਇਤਿਹਾਸਕਾਰ ਕੋਈ ਕਹਿੰਦਾ ਹੈ ਕਿ ਛੋਟੇ ਛੋਟੇ ਚਰਨ ਜਿਹੜੇ ਨੇ ਸਤਿਗੁਰੂ ਪਾਤਸ਼ਾਹ ਜੀ ਨੇ ਦੋ ਕੁੱਜੀਆਂ ਨੂੰ ਮਾਰੇ ਅਤੇ ਦੁੱਧ ਅਤੇ ਪਾਣੀ ਇੱਕ ਹੋ ਕੇ ਵਗ ਪਿਆ ਕੋਈ ਕਹਿੰਦਾ ਹੈ ਉਹਨਾਂ ਨੇ ਆਪਣੇ ਕੋਮਲ ਛੋਟੇ ਛੋਟੇ ਜਿਹੜੇ ਹੱਥ ਨੇ ਉਹ ਹੱਥ ਦੋਵਾਂ ਕੁੱਜੀਆਂ 'ਤੇ ਰੱਖ ਕੇ ਸੰਕੇਤ ਦੇ ਦਿੱਤਾ ਕਿ ਅਸੀਂ ਕਿਸੇ ਇੱਕ ਧਰਮ ਦੇ ਵਾਸਤੇ ਨਹੀਂ ਅਸੀਂ ਸਮੁੱਚੀ ਮਾਨਵਤਾ ਦੀ ਖਾਤਰ ਮਾਨਵਤਾ ਦੇ ਉਧਾਰ ਦੀ ਖਾਤਰ ਪ੍ਰਕਾਸ਼ ਲਿਆ ਹੈ ਅਵਤਾਰ ਧਾਰਿਆ ਹੈ ਸੋ ਇਹ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਇਤਿਹਾਸ ਦੇ ਵਿੱਚੋਂ ਕੁਝ ਕੁ ਇਤਿਹਾਸ ਦੀ ਸਾਂਝ ਤੁਹਾਡੇ ਨਾਲ ਪਾਈ ਹੈ ਜੀ ਸੋ ਇਸ ਦੇ ਨਾਲ ਹੀ ਸਮਾਂ ਸਮਾਪਤ ਹੈ ਮਹਾਂਪੁਰਸ਼ਾਂ ਦੇ ਪਿਤਾ ਜੀ ਬਾਬਾ ਗੁਰਬਚਨ ਸਿੰਘ ਜੀ ਉਹਨਾਂ ਵੱਲੋਂ ਆਪਣੇ ਬੱਚਿਆਂ ਦਾ ਬਹੁਤ ਸਾਰਾ ਮਾਣ ਕੀਤਾ ਹੈ ਜੀ ਅਖੀਰ ਕੋਟਨ ਕੋਟ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਾਏ ਨੇ ਮਹਾਂਪੁਰਸ਼ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਗੁਰੂ ਸਰ ਸਲਾਣੀ ਸਾਹਿਬ ਵਾਲੇ ਬਾਬਾ ਮੇਜਰ ਸਿੰਘ ਜੀ ਹੋਰ ਸੰਤ ਮਹਾਂਪੁਰਸ਼ ਅਤੇ ਸਮੂਹ ਸੰਗਤਾਂ ਜਿਤਨੀਆਂ ਇੱਥੇ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਦਾਸ ਭਾਈ ਗੁਰਸੇਵਕ ਸਿੰਘ ਪੱਧਰੀ ਭਾਈ ਕਿਰਪਾਲ ਸਿੰਘ ਜੀ ਪੱਧਰੀ ਭਾਈ ਗੁਰਦੇਵ ਸਿੰਘ ਜੀ ਮੰਝ ਫੋਨ ਨੰਬਰ ਹੈ 99153464709 ਅਖੀਰ ਅਸੀਂ ਪੰਜਾਬ 7 TV ਦਾ ਵੀ ਧੰਨਵਾਦ ਕਰਦੇ ਹਾਂ ਜੋ ਹਰ ਸਮਾਗਮ ਦੀ ਤਰ੍ਹਾਂ ਇਸ ਵਾਰ ਵੀ ਮਹਾਂਪੁਰਸ਼ਾਂ ਦੇ ਇਸ ਸਮਾਗਮ ਦਾ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਦੇ ਪ੍ਰਕਾਸ਼ ਦਿਹਾੜੇ ਦੇ ਸਮਾਗਮ ਦਾ ਲਾਈਵ ਟੈਲੀਕਾਸਟ ਕਰ ਰਹੇ ਨੇ ਜੀ ਸੋ ਆਓ ਇਤਨੀ ਕੁ ਸੇਵਾ ਪ੍ਰਵਾਨ ਕਰਿਓ ਅਗਲਾ ਪ੍ਰੋਗਰਾਮ ਸਾਡੇ ਅਤਿ ਸਤਿਕਾਰਯੋਗ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਵਾਲੇ ਉਹ ਆਪ ਜੀ ਦੇ ਨਾਲ ਸਾਂਝਾ ਕਰਨਗੇ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਆ ਗਿਆ ਪਟਨੇ ਸੱਚਾ ਰੈਬਰ ਸਾਰਾ ਭਰਮ ਸਾਰ ਦਿੱਤਾ ਇਹ ਕਵਿਤਾ ਆਪ ਜੀ ਨੂੰ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪੱਧਰੀ ਵਾਲਿਆਂ ਬੜੇ ਸੁਚੱਜੇ ਅਤੇ ਬੜੇ ਹੀ ਵਿਸ਼ਮਾਦਮਾਈ ਤਰੀਕੇ ਦੇ ਨਾਲ ਗੁਰੂ ਇਤਿਹਾਸ ਦੇ ਨਾਲ ਸੰਗਤਾਂ ਨੂੰ ਜੋੜਿਆ ਹੈ ਗੁਰੂ ਸਾਹਿਬ ਜੀ ਸੱਚ ਦਾ ਹੋਕਾ ਲੈ ਕੇ ਇਸ ਜਗਤ 'ਤੇ ਆਏ ਸਨ ਪਰ ਅੱਜ ਆਪਾਂ ਆਪਣੇ ਮਨਾਂ ਦੇ ਅੰਦਰ ਜਾਂ ਆਪਣੀਆਂ ਬਿਰਤੀਆਂ ਦੇ ਝਾਤੀਆਂ ਮਾਰੀਏ ਕਿ ਜਿਹੜਾ ਇਤਿਹਾਸ ਗੁਰੂ ਸਾਹਿਬ ਜੀ ਸਿਰਜ ਗਿਆ ਹੈ ਕਿ ਅਸੀਂ ਉਸ 'ਤੇ ਚੱਲ ਰਹੇ ਹਾਂ ਸੋ ਜਿਨ੍ਹਾਂ ਦੇ ਦਿਨ ਮਨਾਉਣੇ ਕਰਨਾ ਕਰੀਦੇ ਨੇ ਉਹਨਾਂ ਦੀ ਗੱਲ ਵੀ ਮੰਨਣੀ ਚਾਹੀਦੀ ਹੈ ਸੋ ਗੁਰੂ ਸਾਹਿਬ ਜੀ ਸੱਚ ਦਾ ਉਪਦੇਸ਼ ਸੱਚ ਦਾ ਹੋਕਾ ਦੇ ਕੇ ਇਸ ਜਗਤ 'ਤੇ ਗਏ ਹਨ ਆਪਾਂ ਸਾਰਿਆਂ ਨੂੰ ਚਾਹੀਦਾ ਕਿ ਉਹ ਸੱਚ 'ਤੇ ਪਹਿਰਾ ਦੇਈਏ ਸੋ ਇਸ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਦੇ ਲਈ ਪੰਥ ਦਾ ਪ੍ਰਸਿੱਧ ਕਵੀਸ਼ਰੀ ਜਥਾ ਭਾਈ ਸਾਹਿਬ ਭਾਈ ਚਾਨਣ ਸਿੰਘ ਜੀ ਸੂਰਵਿੰਡ ਅਤੇ ਉਹਨਾਂ ਦੇ ਸਾਥੀ ਆਪ ਜੀ ਨੂੰ ਜਿਹੜਾ ਇਤਿਹਾਸ ਭਾਈ ਗੁਰਸੇਵਕ ਸਿੰਘ ਜੀ ਪੱਧਰੀ ਵਾਲਿਆਂ ਨੇ ਸ਼ੁਰੂ ਕੀਤਾ ਇਸੇ ਨੂੰ ਅੱਗੇ ਤੋਰਨਗੇ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਮਾਇਆ ਦੇ ਰੂਪ ਦੇ ਵਿੱਚ ਲੰਗਰਾਂ ਦੀਆਂ ਰਸਦਾਂ ਦੇ ਰੂਪ ਦੇ ਵਿੱਚ ਜਾਂ ਇੱਥੇ ਭਾਈ ਸਾਹਿਬ ਜੀ ਜਿੰਨੀ ਵੀ ਸੰਗਤਾਂ ਸੇਵਾ ਕਰ ਰਹੀਆਂ ਹਨ ਉਹਨਾਂ ਦੀ ਸੇਵਾ ਲਿਖ ਰਹੇ ਹਨ ਅਤੇ ਗੁਰੂ ਘਰ ਦੀ ਬਖਸ਼ ਸਰੋਪਾ ਵੀ ਦੇ ਰਹੇ ਹਨ ਜਿੰਨੀਆਂ ਸੰਗਤਾਂ ਸੇਵਾ ਕਰ ਚੁੱਕੀਆਂ ਹਨ ਉਹਨਾਂ ਦੀ ਸਮੁੱਚੇ ਰੂਪ ਦੇ ਵਿੱਚ ਇੱਕ ਅਰਦਾਸ ਕਰੀਏ ਸਾਰੇ ਹੀ ਗੱਜ ਕੇ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਸੰਗਤਾਂ ਦੇ ਚਰਨਾਂ ਦੇ ਵਿੱਚ ਹੋਰ ਹੈ
ਕਿਉਂਕਿ ਕਈ ਸਥਾਨ ਹੁੰਦੇ ਹਨ ਉੱਥੇ ਸਾਲ ਦੇ ਵਿੱਚ ਇੱਕ ਜੋੜ ਮੇਲਾ ਮਨਾਇਆ ਜਾਂਦਾ ਹੈ, ਪਰ ਨਗਰ ਜੀਓਵਾਲਾ ਦੀ ਸਮੁੱਚੀ ਸਾਧ ਸੰਗਤ, ਇਲਾਕੇ ਦੀ ਸਮੁੱਚੀ ਸਾਧ ਸੰਗਤ ਵੱਲੋਂ ਇਸ ਸਥਾਨ 'ਤੇ ਸਾਲ ਦੇ ਵਿੱਚ ਦੋ ਜੋੜ ਮੇਲੇ, ਸ਼ਹੀਦੀ ਜੋੜ ਮੇਲੇ